ਪੀਟੀ ਪਲੱਸ ਵੀ ਨੇ ਲੇਟੈਸਟ ਵੈਕੈਂਸੀ ਕੱਢੀ ਆ ਠੀਕ ਆ ਕਿੰਨੀਆਂ ਪੋਸਟਾਂ ਕਾਦੀ ਵੈਕੈਂਸੀ ਆ ਚਲੋ ਚੈੱਕ ਕਰਦੇ ਆ ਉਸ ਤੋਂ ਪਹਿਲਾਂ ਸੇਮ ਰਿਕੁਐਸਟ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦਾ ਨੋਟੀਫਿਕੇਸ਼ਨ ਜਾਂ ਪੀਟੀ ਪਲੱਸ ਦੀ ਬੋਰਡ ਦਾ ਕੋਈ ਵੀ ਨੋਟੀਫਿਕੇਸ਼ਨ ਆਉਣਾ ਫੋਨ ਤੇ ਇਦਾਂ ਹੀ ਚਾਹੁੰਦੇ ਹੋ ਤਾਂ ਚੈਨਲ ਨੂੰ ਜੂ ਸਬਸਕ੍ਰਾਈਬ ਕਰੋ ਦੋਸਤੋ ਇਹ ਆ ਜੀ ਪੀਟੀ ਪਲੱਸ ਦੀ ਬੋਰਡ ਦਾ ਐਡਵਰਟਾਈਜ਼ 8 ਹਫ 2024 ਠੀਕ ਆ ਸਾਮੀਆਂ ਦੀ ਗਿਣਤੀ ਹੈਗੀ 179 ਠੀਕ ਆ ਜੀ ਤੇ ਐਡਵਰਟਾਈਜ਼ਮੈਂਟ ਬਲਕਿ ਦੇਖੋ ਦੋਸਤੋ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਆਨਲਾਈਨ ਅਪਲਾਈ ਕਰਨ ਦੀ ਮਿਤੀ ਹੈਗੀ 29/7/2024 ਤੇ ਲਾਸਟ ਡੇਟ ਹੈਗੀ 20/8/2024 ਸ਼ਾਮ ਦੇ 5 ਵਜੇ ਤੱਕ ਤੇ ਫੀਸ ਭਰਨ ਦੀ ਆਖਰੀ ਮਿਤੀ ਹੈਗੀ 23/8/2024 ਠੀਕ ਆ ਦੋਸਤੋ ਇਹ ਵੈਕੈਂਸੀ ਹੈਗੀ ਜੀ ਜੇਲ ਪੁਲਿਸ ਦੀ ਠੀਕ ਆ ਜੀ ਜਿਹੜੇ ਬੱਚੇ ਜੇਲ ਪੁਲਿਸ ਚ ਭਰਤੀ ਹੋਣਾ ਚਾਹੁੰਦੇ ਆ ਠੀਕ ਆ ਬਾਡਰ ਦੀਆਂ ਅਸਾਮੀਆਂ ਠੀਕ ਆ ਜੋ ਬਾਡਰ ਦੀਆਂ ਅਸਾਮੀਆਂ ਜੋ ਸਿਰਫ ਪੁਰਸ਼ ਉਮੀਦਵਾਰਾਂ ਵਾਸਤੇ ਆ ਤੇ ਮੈਟਰਨ ਦੀਆਂ ਅਸਾਮੀਆਂ ਜੋ ਸਿਰਫ ਇਸਤਰੀਆਂ ਵਾਸਤੇ ਹਨ ਠੀਕ ਆ ਜੀ ਜੇਰ ਪੁਲਿਸ ਦੀ ਆ ਪੰਜਾਬ ਦੀ ਜੇਰ ਪੁਲਿਸ ਚ ਹੈ ਠੀਕ ਹੈ ਜੀ ਤੇ ਅੱਗੇ ਚੈੱਕ ਕਰਦੇ ਆ ਕੁਆਲੀਫਿਕੇਸ਼ਨ ਦੀ ਗੱਲ ਕਰ ਲਈਏ ਦੋਸਤੋ ਵਹੀ ਜੋ ਬਾਡਰ ਬਾਡਰ ਦੀ ਵੈਕੈਂਸੀ ਆ ਉਹਦੇ ਵਾਸਤੇ ਕੁਆਲੀਫਿਕੇਸ਼ਨ ਚਾਹੀਦੀ ਹੈ ਹੂ ਹੈ ਪਾਸਡ 10+2 ਠੀਕ ਐ ਐਗਜ਼ਾਮੀਨੇਸ਼ਨ ਆਫ ਐਨੀ ਰਿਕੋਗਨਾਈਜ਼ਡ ਇੰਸਟੀਟਿਊਟ ਬੋਰਡ ਤੇ 10ਵੀਂ ਦੇ ਵਿੱਚ ਤੁਹਾਡੀ ਪੰਜਾਬੀ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਤੇ ਜੋ ਮੈਟਰਨ ਵਾਸਤੇ ਆ ਉਹਦੇ ਵਾਸਤੇ ਵੀ ਸੇਮ ਕੁਆਲੀਫਿਕੇਸ਼ਨ ਆ ਦੋਸਤੋ ਠੀਕ ਐ ਸੇਮ ਕੁਆਲੀਫਿਕੇਸ਼ਨ ਆ ਤੇ ਤੁਹਾਡਾ ਫਿਜ਼ੀਕਲ ਮੈਜ਼ਰਮੈਂਟ ਟੈਸਟ ਵੀ ਹੋਏਗਾ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਵੀ ਹੋਏਗਾ ਇਹਦੇ ਵਿੱਚ ਆ ਦੇ ਮੈਟਰਨ ਵਾਸਤੇ ਵੀ ਐਜੂਕੇਸ਼ਨ ਕੁਆਲੀਫਿਕੇਸ਼ਨ ਦੇ ਲੋਗੂਗਾ ਪਾਸ 10+2 ਐਗਜ਼ਾਮੀਨੇਸ਼ਨ ਆਫ ਐਨੀ ਰੀਕੋਗਨਾਈਜ਼ਡ ਐਜੂਕੇਸ਼ਨ ਬੋਰਡ ਵਿਦ ਪੰਜਾਬੀ ਦਸਵੀਂ ਹੋਣਾ ਜ਼ਰੂਰੀ ਹੈ ਦਸਵੀਂ ਦੇ ਵਿੱਚ ਪੰਜਾਬੀ ਹੋਣਾ ਜ਼ਰੂਰੀ ਹੈ ਦੋਸਤੋ ਠੀਕ ਹੈ ਜੀ ਚਲੋ ਅੱਗੇ ਚੈੱਕ ਕਰਦੇ ਹਾਂ ਬਈ ਵੈਕੈਂਸੀ ਕਿੰਨੀ ਕਿੰਨੀ ਹੈ ਵੈਕੈਂਸੀ ਦੇਖ ਲੈਣੇ ਆਪਾਂ ਵੀ ਜਰਨਲ ਦੀ 75 ਠੀਕ ਹੈ ਮੈਟਰਨ ਦੀਆਂ ਟੋਟਲ ਚਾਰ ਵੈਕੈਂਸੀਆਂ ਜਰਨਲ ਦੀਆਂ ਤਿੰਨ ਤੇ ਇੱਕ ਐਸਸੀ ਐਮਐਂਡਬੀ ਹੈ ਠੀਕ ਹੈ ਚਾਰ ਵੈਕੈਂਸੀ ਹੈ ਤੇ ਜਰਨਲ ਦੀਆਂ ਹੈਗੀਆਂ 75 ਮੇਲ ਦੀਆਂ ਠੀਕ ਹੈ ਈਡ ਈਡਬਲਯੂਐਸ ਦੀਆਂ ਹੈਗੀਆਂ 17 ਤੇ ਐਕ ਸਰਵਿਸਮੈਨ ਨੂੰ ਵੀ ਬਹੁਤ ਵਧੀਆ ਮੌਕਾ ਦਿੱਤਾ ਵੀ ਜਰਨਲ ਦੀਆਂ 13 ਐਸਸੀ ਐਮਐਂਡਬੀ ਚਾਰ ਹੈ SC R and O 3 BC ਵਾਲਿਆਂ ਦੀਆਂ ਤਿੰਨਾਂ ਠੀਕ ਹੈ ਸਪੋਰਟਸ ਪਰਸਨ ਵਾਸਤੇ ਵੀ ਵੈਕੈਂਸੀ ਹੈ ਜੀ ਫ੍ਰੀडम फाइਟਰ ਵਾਸਤੇ ਵੀ ਵੈਕੈਂਸੀ ਹੈ ਜੀ ਠੀਕ ਹੈ ਸਭ ਵਾਸਤੇ ਵੈਕੈਂਸੀ ਹੈ 175 ਵੈਕੈਂਸੀ ਹੈ ਦੋਸਤੋ ਅੱਗੇ ਚੈੱਕ ਕਰਦੇ ਹਾਂ ਉਮਰ ਦੀ ਗੱਲ ਕਰ ਲਈਏ ਦੋਸਤੋ ਉਮਰ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਹੋਏਗੀ ਠੀਕ ਹੈ ਵਧੀਕ ਜਰਨਲ ਪੁਲਿਸ ਜੇਲ੍ਹਾਂ ਪੰਜਾਬ ਠੀਕ ਹੈ ਜੀ ਉਹਨਾਂ ਦੇ ਹਿਸਾਬ ਹੋਏਗੀ ਜਾਨੀ ਜਰਨਲ ਦੀ ਰਹੇਗੀ 18 ਤੋਂ 27 ਸਾਲ ਉਮਰ ਰਹੇਗੀ ਠੀਕ ਹੈ ਵਾਰਡਨ ਤੇ ਮੈਟਰਨ ਦੀ ਤੇ ਸ਼ੈਡਿਊਲ ਕਾਸਟ ਐਂਡ ਬੈਕਵਰਡ ਕਲਾਸਿਸ ਉਹਨਾਂ ਦੀ ਉਮੀਦਵਾਰ ਵੱਧ ਤੋਂ ਵੱਧ 32 ਸਾਲ ਨਹੀਂ ਹੁਣ 32 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਠੀਕ ਹੈ ਐਕਸ ਸਰਵਿਸ ਮੈਂ ਤਾ तकरीबन ਸਾਰੇ ਆਈ ਜਾਣਗੇ ਵਿੱਚ ਜੋ ਲੇਟੈਸਟ ਰਟਾਇਰ ਹੈ ਠੀਕ ਹੈ ਫੀਸ ਦੀ ਗੱਲ ਕਰ ਲਈਏ ਦੋਸਤੋ ਬਾਈ ਦੇਖੋ ਜਨਰਲ ਕੈਟਾਗਰੀਜ਼ ਅਤੇ ਫਰੀडम फाइਟਰ ਖਿਡਾਰੀਆਂ ਦੀ 1000 ਰੁਪਿਆ ਐਸਸੀ ਬੀਸੀ ਆਰਤ ਈਡਬਲਯੂਐਸ ਦੀ ਹੈ 250 ਤੇ ਸਾਬਕਾ ਫੌਜੀਆ ਅਤੇ ਡਿਪੈਂਡੈਂਟ ਦੀ ਹੈਗੀ 200 ਰੁਪਿਆ ਫੀਸ ਠੀਕ ਹੈ ਦੋਸਤੋ ਪੇਪਰ ਦੀ ਗੱਲ ਕਰ ਲਿਆ ਦੋਸਤੋ ਪੇਪਰ ਹੋਏਗਾ ਤੁਹਾਡਾ ਆਬਜੈਕਟਿਵ ਟਾਈਪ ਕੁਐਸਚਨ ਹੋਣਗੇ ਐਮਸੀਕਿਊ ਕੁਐਸਚਨ ਹੋਣਗੇ ਠੀਕ ਹੈ ਪਾਰਟ ਏ ਪਾਰਟ ਵੀ ਪਾਰਟ ਏ ਦੇ 10ਵੀਂ ਦੇ ਲੈਵਲ ਦਾ ਪੇਪਰ ਹੋਏਗਾ ਜੋ ਪੰਜਾਬੀ ਦਾ ਉਹ 50% ਨੰਬਰ ਲੈਣੇ ਜ਼ਰੂਰੀ ਆ ਔਰ ਕੁਆਲੀਫਾਈ ਕਰਨਾ ਜ਼ਰੂਰੀ ਆ ਬਾਕੀ ਮੈਟ ਬਣੇਗੀ ਉਹਦੀ ਦੂਜੇ ਟੈਸਟ ਦੀ ਠੀਕ ਹੈ ਦੋਸਤੋ ਅੱਗੇ ਚੈੱਕ ਕਰ ਲੰਨੇ ਆਪਾਂ ਬਈ ਅਪਲਾਈ ਕਿੱਦਾਂ ਕਰਨਾ ਹਾਊ ਟੂ ਅਪਲਾਈ ਠੀਕ ਆ ਬੋਰਡ ਦੀ ਵੈਬਸਾਈਟ ਇੱਥੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਠੀਕ ਹੈ 29 ਸਤ 2024 ਤੋਂ ਲੈ ਕੇ 20 ਅਗਸਤ 2024 ਸ਼ਾਮ ਦੇ 5 ਵਜੇ ਤੱਕ ਠੀਕ ਹੈ ਕੇਵਲ ਆਨਲਾਈਨ ਅਪਲਾਈ ਕਰ ਸਕਦੇ ਆ ਠੀਕ ਹੈ ਹੋਰ ਕੁਝ ਹੋਰ ਕੋਈ ਨਹੀਂ ਆ ਨੋਟੀਫਿਕੇਸ਼ਨ ਚ ਏ ਸੀ ਜੀ ਜੇਲ ਵਾਰਡਰ ਦੀ ਵੈਕੈਂਸੀ ਠੀਕ ਹੈ ਜੇ ਵੀਡੀਓ ਵਧੀਆ ਲਗੀ ਤਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲੈਦਾ ਹੀ ਪੀਟ ਪਲੱਸ ਵੀ ਬੋਰਡ ਦੇ ਨੋਟੀਫਿਕੇਸ਼ਨ ਵਾਸਤੇ ਨਾ ਗਵਰਨਮੈਂਟ ਜੌਬ ਦੇ ਨੋਟੀਫਿਕੇਸ਼ਨ ਵਾਸਤੇ ਮਿਲਦੇ ਆਂ ਜੀ ਅਗਲੀ ਵੀਡੀਓ ਸਤਬ ਤੱਕ ਧੰਨਵਾਦ ਜੀ